ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਦੇਸ ਪਰਦੇਸ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਮੈਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼ ਹਲੋ ਜੀ ਵੈਲਕਮ ਟੂ ਦੀ ਸ਼ੋਅ ਸਤਿ ਸ਼੍ਰੀ ਅਕਾਲ ਜੀ ਸੋ ਜਿੰਨੇ ਵੀ ਸਾਰੇ ਦਰਸ਼ਕ ਸਾਡੇ ਵਿਦਿਆਰਥੀ ਜੀ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਨਾਲ ਨਾਲ ਯੂਕੇ ਸਟੱਡੀ ਵੀਜ਼ਾ ਇਹ ਦੋ ਕੰਟਰੀਜ਼ ਦੀ ਖਾਸ ਤੌਰ ਤੇ ਅੱਜ ਤੁਹਾਡੇ ਵਾਸਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਰਿਕੁਆਇਰਮੈਂਟਸ ਦੀ ਗੱਲ ਕਰਾਂਗੇ ਐਲੀਜੀਬਿਲਟੀ ਦੀ ਗੱਲ ਕਰਾਂਗੇ ਜੀ ਤੇ ਇਸ ਤੋਂ ਇਲਾਵਾ ਕੀ ਸਕੋਪ ਹੈਗਾ ਸਾਡੇ ਸਟੂਡੈਂਟਸ ਦੇ ਵਾਸਤੇ ਖਾਸ ਤੌਰ ਤੇ ਜਿਹੜੇ ਆਸਟ੍ਰੇਲੀਆ ਯੂਕੇ ਜਾਣਾ ਚਾਹੁੰਦੇ ਨੇ ਜਾਂ ਜਿਹੜੇ ਜਾਂਦੇ ਨੇ ਸੋ ਇਸ ਤੋਂ ਇਲਾਵਾ ਜੀ ਬਾਕੀ ਕੰਟਰੀਜ਼ ਵੀ ਤੁਹਾਡੇ ਵਾਸਤੇ ਜ਼ਰੂਰ ਅੱਜ ਆਪਸ਼ਨ ਦੇ ਵਿੱਚ ਹੈਗੀਆਂ ਨੇ ਸੇਮ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਪ੍ਰੋਫਾਈਲ ਜ਼ਰੂਰ ਡਿਸਕਸ ਕਰਾਇਆ ਕਰੋ ਸੋ ਆਸਟ੍ਰੇਲੀਆ ਸਟੱਡੀ ਵੀਜ਼ਾ ਤੋਂ ਸ਼ੁਰੂਆਤ ਕਰ ਲੈਂਦੇ ਮੁਕੇਸ਼ ਸਰ ਆਸਟ੍ਰੇਲੀਆ ਸਟੱਡੀ ਵੀਜ਼ਾ ਪਿੱਛੇ ਜੇ ਤੁਹਾਡਾ ਸੈਮੀਨਾਰ ਵੀ ਹੋ ਕੇ ਹਟਿਆ ਸੀ ਜੀ ਤੇ ਆਸਟ੍ਰੇਲੀਆ ਨੂੰ ਲੈ ਕੇ ਯੂਰਪ ਨੂੰ ਲੈ ਕੇ ਕਿਦਾਂ ਦਾ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਰਿਹਾ ਮੈਡਮ ਜੀ ਕਾਫੀ ਸਟੂਡੈਂਟਸ ਨੇ ਸ਼ਿਰਕਤ ਕੀਤੀ ਬਹੁਤ ਸਾਰੇ ਬੱਚੇ ਐਨਰੋਲ ਵੀ ਹੋਏ ਤੇ ਹੁਣ ਜਿਹੜੇ ਹੈ ਵੀਜ਼ਾਜ਼ ਵੀ ਆਣੇ ਵਿਸ਼ਵਾਸ ਇੰਟਰਨੈਸ਼ਨਲ ਦੇ ਸਟਾਰਟ ਹੋ ਗਏ ਆਸਟ੍ਰੇਲੀਆ ਦੇ ਜੀ ਅੱਛਾ ਕਿੱਦਾਂ ਦੀਆਂ ਪ੍ਰੋਫਾਈਲਸ ਦੇ ਵੀਜ਼ਾਜ਼ ਆ ਰਹੇ ਨੇ ਡਿਫਰੈਂਟ ਕੀ ਲੱਗਦਾ ਕੁਝ ਪਹਿਲਾਂ ਕਿੱਦਾਂ ਦੇ ਵੀਜ਼ਾਜ਼ ਆਉਂਦੇ ਸੀਗੇ ਸੇਮ ਹੁਣ ਵੀ ਐਮਬੈਸੀ ਕਿ ਹਾਂਜੀ ਵੀਜ਼ਾਜ਼ ਦੇ ਰਹੀ ਆ ਦੇਖੋ ਆਸਟ੍ਰੇਲੀਆ ਆਲਵੇਜ਼ ਜਿਹੜਾ ਹੈ ਪੋਜ਼ਿਟਿਵ ਪ੍ਰੋਫਾਈਲ ਨੂੰ ਕੰਸੀਡਰ ਕਰਦਾ ਰਿਹਾ ਸ਼ੁਰੂ ਤੋਂ ਅਗਰ ਤੁਸੀਂ ਡਿਪਲੋਮਾ ਦੇ ਜਾਂ ਗੈਪ ਵਾਲੇ ਬੱਚੇ ਦੀ ਗੱਲ ਕਰੀਏ ਤੇ ਉਹਦਾ ਵੀਜ਼ਾ ਸਕਸੈਸ ਰੇਟ ਬਹੁਤ ਵਧੀਆ ਨਹੀਂ ਹੈ ਬਟ ਇਫ ਯੂ ਵਿਲ ਅਪਲਾਈ ਇਨ ਡਿਗਰੀ ਪ੍ਰੋਗਰਾਮ ਔਰ ਮਾਸਟਰਸ ਡਿਗਰੀ ਪ੍ਰੋਗਰਾਮ ਤਾਂ ਵੀਜ਼ਾ ਸਕਸੈਸ ਰੇਟ ਵਧੀਆ ਜਿੱਥੋਂ ਤੱਕ ਡਿਫਰੈਂਸ ਦੀ ਗੱਲ ਹੈ ਪਹਿਲਾਂ ਔਰ ਹੁਣ 'ਚ ਫਰਕ ਸਿਰਫ ਇਹ ਹੈ ਕਿ ਪਹਿਲਾਂ ਜਿਹੜਾ ਜੀ ਟੀ ਕ੍ਰਾਈਟੀਰੀਆ ਉਹ ਬਹੁਤ ਆਸਾਨੀ ਨਾਲ ਕਰੈਕ ਹੋ ਜਾਂਦਾ ਸੀਗਾ ਹਾਈ ਕਮਿਸ਼ਨ ਤੱਕ ਫਾਈਲ ਪਹੁੰਚਾਉਣਾ ਬਹੁਤ ਔਖਾ ਨਹੀਂ ਸੀ ਯੂਨੀਵਰਸਿਟੀਜ਼ ਬੜੀ ਲੀਨੀਅੰਟ ਸੀਗੇ ਔਰ ਅੱਜ ਦੇ ਡੇਟ 'ਚ ਜਿਹੜਾ ਯੂਨੀਵਰਸਿਟੀਜ਼ ਦਾ ਜੀ ਟੀ ਕ੍ਰਾਈਟੀਰੀਆ ਯਾਨੀ ਕਿ ਆਫਰ ਲੈਟਰ ਤੋਂ ਲੈ ਕੇ ਫੀਸ ਦੇ ਵਿੱਚ ਤੱਕ ਦਾ ਜਿਹੜਾ ਸਫ਼ਰ ਹੈ ਉਹ ਥੋੜ੍ਹਾ ਔਖਾ ਹੋ ਗਿਆ ਹੁਣ ਜਿਹੜੀ ਕੰਪਨੀ ਨੂੰ ਤਜਰਬਾ ਜਿਹੜੀ ਕੰਪਨੀ ਦੇ ਡਾਇਰੈਕਟ ਯੂਨੀਵਰਸਿਟੀਜ਼ ਨਾਲ ਟਾਈਅਪ ਹੈ ਡਾਇਰੈਕਟ ਕਾਲਜਿਸ ਦੇ ਪੋਰਟਲ ਹੈ ਜਿਨ੍ਹਾਂ ਕੋਲ ਜਿਨ੍ਹਾਂ ਨੂੰ ਕੰਮ ਕਰਨ ਦਾ ਪਤਾ ਉਹੀ ਕੰਪਨੀ ਜਿਹੜੀ ਹੈ ਇੱਕ ਸਮੂਥ ਪ੍ਰੋਸੈਸ ਦੇ ਥਰੂ ਜਿਹੜਾ ਯੂਨੀਵਰਸਿਟੀ ਤੋਂ ਜੀ ਟੀ ਅਪਰੂਵਲ ਲੈ ਕੇ ਹਾਈ ਕਮਿਸ਼ਨ ਤੱਕ ਫਾਈਲ ਪਹੁੰਚਾ ਪਾ ਰਹੀ ਹੈ ਗੈਪ ਐਕਸੈਪਟੇਬਲ ਨਹੀਂ ਹੈ ਜੇਕਰ ਮੈਂ ਗੱਲ ਕਰਾਂ ਪਲੱਸ ਟੂ ਪਾਸ ਸਟੂਡੈਂਟ ਦੀ ਅੱਜ ਦੀ ਡੇਟ 'ਚ 21 ਪਾਸ ਆਊਟ ਸਟੂਡੈਂਟ ਵਿਦ 60% ਜਾਂ ਮੋਰ ਦੈਨ ਦੈਟ ਜਿਹੜਾ ਐਕਸੈਪਟੇਬਲ ਹੈ ਬੈਚਲਰ ਡਿਗਰੀ ਪ੍ਰੋਗਰਾਮ ਲਈ ਓਕੇ ਉਸ ਤੋਂ ਘੱਟ ਅਗਰ ਤੁਸੀਂ 20-20 ਪਾਸ ਆਊਟ ਸਟੂਡੈਂਟ ਦੀ ਗੱਲ ਕਰੋ ਉਹਦੇ ਵਿੱਚ ਡਿਪਲੋਮਾ ਪ੍ਰੋਗਰਾਮਸ ਅਵੇਲੇਬਲ ਹੈ ਜਿਹਦੇ ਵਿੱਚ ਵਿਸ਼ਵਾਸ ਇੰਟਰਨੈਸ਼ਨਲ ਸਟਰੋਂਗਲੀ ਰਿਕਮੈਂਡ ਨਹੀਂ ਕਰਦਾ ਕਿ ਤੁਹਾਡਾ ਵੀਜ਼ਾ ਆਏਗਾ ਜਾਂ ਨਹੀਂ ਆਏਗਾ ਉਹ ਇੱਕ ਚਾਂਸ ਲੈਣ ਵਾਲੀ ਗੱਲ ਹੈ ਬਟ ਤੁਹਾਡੇ ਕੋਲ ਅਦਰਵਾਈਜ਼ ਕੋਈ ਅਲਟਰਨੇਟ ਆਪਸ਼ਨ ਵੀ ਨਹੀਂ ਹੈ ਜੇਕਰ ਤੁਸੀਂ ਆਪਣੀ ਫਾਈਲ ਸਿਰਫ ਆਸਟ੍ਰੇਲੀਆ ਹੀ ਲਾਉਣਾ ਚਾਹੁੰਦੇ ਹੋ 20-20 ਪਾਸ ਆਊਟ ਹੋ 2019 ਪਾਸ ਆਊਟ ਹੋ ਤਾਂ ਬੈਚਲਰ ਡਿਗਰੀ ਲਈ ਤੁਹਾਨੂੰ ਕੋਈ ਵੀ ਕਾਲਜ ਯੂਨੀਵਰਸਿਟੀ ਆਫਰ ਲੈਟਰ ਨਹੀਂ ਦੇਗਾ ਆਫਰ ਮਿਲੇਗਾ ਤਾਂ ਜੀ ਟੀ ਨਹੀਂ ਕਲੀਅਰ ਹੋਏਗੀ ਮਤਲਬ ਫੀਸ ਪੇ ਨਹੀਂ ਹੋਏਗੀ ਸੀ ਓ ਹੀ ਨਹੀਂ ਆਏਗੀ ਤਾਂ ਫਾਈਲ ਹਾਈ ਕਮਿਸ਼ਨ ਤੱਕ ਜਾਣਾ ਔਖਾ ਬਟ ਜੇ ਤੁਸੀਂ 21 ਪਾਸ ਆਊਟ ਹੋ ਜਾਂ ਫਿਰ ਅਗਰ ਤੁਸੀਂ ਮਾਸਟਰ ਡਿਗਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ 5-7-60 ਸਾਲ ਤੱਕ ਦਾ ਗੈਪ ਐਕਸੈਪਟੇਬਲ ਹੈ ਵਿਦ ਦਾ ਰੀਜ਼ਨੇਬਲ ਜਸਟੀਫਿਕੇਸ਼ਨ ਆਫ ਉਹ ਚਾਹੇ 12ਵੀਂ ਪਾਸ ਆਊਟ ਨੇ ਤੇ ਚਾਹੇ ਗ੍ਰੈਜੂਏਸ਼ਨ ਮੈਂ ਕਹਿ ਕੇ ਮਾਸਟਰਸ ਲਈ ਤੋਂ ਓਕੇ ਜਿਹੜੇ ਮਾਸ ਠੀਕ ਹੈ ਠੀਕ ਹੈ ਜੀ 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 ਸੋ ਜਸਟੀਫਿਕੇਸ਼ਨ ਦੇਣੀ ਪਈ ਅ ਫੀਸ ਕਿੰਨੇ ਟਾਈਮ ਦੀ ਜਾਂਦੀ ਹੈ ਆਸਟ੍ਰੇਲੀਆ ਮੈਕਸਿਮਮ ਜਿਹੜੀ ਯੂਨੀਵਰਸਿਟੀਜ਼ ਹੈ ਉਹ 6 ਮੰਥ ਦੀ ਟਿਊਸ਼ਨ ਫੀਸ ਲੈਂਦੀ ਹੈ ਬਟ ਕਈ ਵਾਰ ਕੀ ਹੁੰਦਾ ਹੈ ਕਿ ਸਟੂਡੈਂਟ ਕੋਲ 3 ਮਹੀਨੇ ਪੁਰਾਣੇ ਫੰਡਸ ਨਹੀਂ ਹੈ ਕਿਉਂਕਿ ਹੁਣ ਅੱਜ ਦੀ ਘੜੀ ਜਿਹੜੀ ਹੈ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਐਜ਼ ਪਰ ਸਿਚੁਏਸ਼ਨ University will ask for 3 months funds as well. Chahe wo either they are falls under assessment level 1 or 2, whatever. Lekin je tusi 3 mahine purane fund dikhaan ch nahi saksham hai ge, 3 mahine purane fund nahi hai ge, recent fund dikhana chahunde ho, sade kol bahut sare universities, course provider, is tarah de hai ge hain, jehde recent fund apne lai ke tode case nu accept kar sakde ho, ode vich ਹੋ ਸਕਦਾ 6 ਮਹੀਨੇ ਦੀ ਫੀਸ ਨਾਲ ਐਕਸੈਪਟ ਹੋਏ ਹੋ ਸਕਦਾ 9 ਮੰਥ ਦੀ ਟਿਊਸ਼ਨ ਫੀਸ ਨਾਲ ਐਕਸੈਪਟ ਹੋਏ ਬਟ ਦੈਟ ਇਜ਼ ਹਾਰਡਲੀ ਮੈਟਰ ਕਿਉਂਕਿ ਆਸਟ੍ਰੇਲੀਆ ਜਾਣ ਵਾਲਾ ਮੈਕਸੀਮਮ ਸਟੂਡੈਂਟ ਜਿਹੜਾ ਉਹ ਆਪਣੀ ਪੜ੍ਹਾਈ ਪੂਰੀ ਜ਼ਰੂਰ ਕਰਦਾ ਪੀ ਐਸ ਡਬਲਿਊ ਦੇ ਚੱਲਦੇ ਠੀਕ ਹੈ 2 ਨੰਬਰ 'ਚ ਨਹੀਂ ਹੁੰਦਾ ਐਲੀਜੀਬਲ ਨਹੀਂ ਹੁੰਦਾ ਅਤੇ ਅਗਰ ਤੁਹਾਨੂੰ 80-90% ਫੀਸ ਪੇ ਕਰਕੇ ਰੀਸੈਂਟ ਫੰਡ ਨਾਲ ਸੀ ਓ ਹੀ ਮਿਲ ਰਹੀ ਹੈ ਤਾਂ ਦੈਟ ਵੁੱਡ ਬੀ ਬੈਟਰ ਆਪਸ਼ਨ ਆਈ ਗੈਸ ਅੱਛਾ ਸਟੂਡੈਂਟ ਜਿਹੜਾ ਆਸਟ੍ਰੇਲੀਆ ਜਾਂਦਾ ਉਹ ਵੀ ਦੇਖ ਰਿਹਾ ਵੀ ਹਾਂਜੀ ਮੇਰਾ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਤਾਂ ਮੈਂ ਆਸਟ੍ਰੇਲੀਆ ਜਾ ਰਿਹਾ ਕਿਉਂਕਿ ਮੋਸਟ ਆਫ ਦਾ ਜਿਹੜੇ ਸਟੂਡੈਂਟਸ ਨੇ ਦੇ ਆਰ ਇੰਟਰਸਟਿਡ ਟੂ ਗੋ ਕੈਨੇਡਾ ਨਹੀਂ ਦੇਖੋ ਮੈਡਮ ਅਗਰ ਮੈਂ ਗੱਲ ਕਰਾਂ ਤਾਂ ਪੰਜਾਬੀਆਂ ਦੀ ਪਹਿਲੀ ਪਸੰਦ ਸ਼ੁਰੂ ਤੋਂ ਕੈਨੇਡਾ ਸੀ ਕੈਨੇਡਾ ਹੈ ਔਰ ਸ਼ਾਇਦ ਕੈਨੇਡਾ ਹੀ ਰਹੇਗੀ ਠੀਕ ਹੈ ਇਸ 'ਚ ਕੋਈ ਦੋ ਰਾਏ ਨਹੀਂ ਬਟ ਅਗਰ ਓਵਰਆਲ ਗੱਲ ਕਰੀਏ ਤਾਂ ਕੈਨੇਡਾ ਆਸਟ੍ਰੇਲੀਆ ਔਰ ਯੂਕੇ 3 ਡੈਸਟੀਨੇਸ਼ਨ ਜਿਹੜੇ ਹੈ ਜੋ ਆਪਣੇ ਰੀਜਨ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਨਾਰਦਰਨ ਇੰਡੀਆ ਦੇ ਵਿੱਚ ਖਾਸ ਤੌਰ 'ਤੇ ਹਰਿਆਣਾ ਪੰਜਾਬ ਬੈਲਟ ਦੀ ਅਗਰ ਮੈਂ ਗੱਲ ਕਰਾਂ ਮੈਕਸੀਮਮ ਸਟੂਡੈਂਟ ਇਹਨਾਂ 3 ਕੰਟਰੀਜ਼ ਦੇ ਵਿੱਚ ਜਾਣਾ ਚਾਹੁੰਦਾ ਬਟ ਮੈਕਸੀਮਮ ਸਟੂਡੈਂਟ ਕੈਨੇਡਾ ਇਸ ਕਰਕੇ ਜਾਣਾ ਚਾਹੁੰਦਾ ਕਿਉਂਕਿ ਉੱਥੇ ਪੀ ਆਰ ਸੌਖੀ ਹੈ ਓਕੇ ਠੀਕ ਹੈ ਔਰ ਡਿਪਲੋਮਾ ਪ੍ਰੋਗਰਾਮਸ ਦੇ ਅੰਦਰ ਬਟ ਅਗਰ ਤੁਹਾਡੀ
ਫਾਈਨੈਂਸ਼ੀਅਲ ਕੈਪੈਸਿਟੀ ਵਧੀਆ ਹੈ, ਤੁਸੀਂ 3 ਸਾਲ ਦੇ ਡਿਗਰੀ ਪ੍ਰੋਗਰਾਮ ਜਾਂ 2 ਸਾਲ ਦੇ ਮਾਸਟਰ ਡਿਗਰੀ ਪ੍ਰੋਗਰਾਮ ਦੀ ਫੀਸ ਅਫੋਰਡ ਕਰ ਸਕਦੇ ਹੋ, ਉਸ ਲਿਹਾਜ਼ ਨਾਲ ਅਗਰ ਮੈਂ ਪਾਰਟ ਟਾਈਮ ਜੋਬ ਵਰਕ ਓਪਰਚੁਨਿਟੀਜ਼ ਦੀ ਗੱਲ ਕਰਾਂ ਤਾਂ ਕੈਨੇਡਾ ਦੇ ਕੰਪੈਰੀਜ਼ਨ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸੋਰਸ ਆਫ ਇਨਕਮ ਜ਼ਿਆਦਾ ਹੈ, ਵਰਕ ਓਪਰਚੁਨਿਟੀਜ਼ ਜ਼ਿਆਦਾ ਹੈ, ਇਨਕਮ ਜ਼ਿਆਦਾ ਹੈ, ਤਾਂ ਕਿਤੇ ਨਾ ਕਿਤੇ ਬਹੁਤ ਔਰ ਆਲਰੇਡੀ ਬਹੁਤ ਸਾਰਾ ਪੰਜਾਬੀ ਸਟੂਡੈਂਟ ਉੱਥੇ ਰਹਿ ਵੀ ਰਿਹਾ ਹੈ। ਪੰਜਾਬੀ ਸਟੂਡੈਂਟ ਤੋਂ ਇਲਾਵਾ ਬਹੁਤ ਸਾਰੇ ਪ੍ਰਵਾਸੀ ਜਿਹੜੇ ਹੈ ਆਪਣੇ ਪੰਜਾਬ ਤੋਂ ਜਿਹੜੇ ਜਾ ਕੇ ਉੱਥੇ ਵੈਲ ਸੈਟਲਡ ਹੈ, ਤਾਂ ਜਿਹਦੇ ਚੱਲਦੇ ਕਿਤੇ ਨਾ ਕਿਤੇ ਇਹ ਫੈਕਟਰ ਵੀ ਕੰਮ ਕਰਦਾ। ਕਵਿਤਾ ਮੈਡਮ, ਕਿ ਪੰਜਾਬੀ ਬੱਚਾ ਜਿਹੜਾ ਹੈ ਜਾਂ ਕੋਈ ਵੀ ਸਟੂਡੈਂਟ ਉੱਥੇ ਜਾਣਾ ਪਸੰਦ ਕਰਦਾ ਜਿੱਥੇ ਕੋਈ ਨਾ ਕੋਈ ਹੋਏ। ਔਰ ਅਗਰ ਆਪਾਂ ਕੈਨੇਡਾ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਕਿ ਯੂਕੇ ਦੀ ਗੱਲ ਕਰੀਏ, ਇਹ ਤਿੰਨੋਂ ਇੱਦਾਂ ਦੇ ਡੈਸਟੀਨੇਸ਼ਨ ਹੈ ਜਿੱਥੇ ਇੱਟ ਪੁੱਟੋ ਤੇ ਪੰਜਾਬੀ ਮਿਲ ਜਾਏਗਾ ਜੀ ਜੀ, ਕੋਈ ਨਾ ਕੋਈ ਰਿਸ਼ਤੇਦਾਰ, ਕੋਈ ਨਾ ਕੋਈ ਜਾਣਕਾਰ, ਕੋਈ ਮਿੱਤਰ ਦੋਸਤ ਯਾਰ ਪਿਆਰਾ ਨਿਕਲ ਹੀ ਆਉਂਦਾ। ਅੱਛਾ, ਬਟ ਕੈਨੇਡਾ ਦੇ ਵਿੱਚ ਸਰਵਾਈਵ ਕਰਨਾ ਔਰ ਕੰਪੈਰੇਟਿਵਲੀ ਆਸਟ੍ਰੇਲੀਆ ਦੇ ਵਿੱਚ ਇੱਕ ਜਿਹੜਾ ਸਟੂਡੈਂਟ ਦੇ ਤੌਰ ਤੇ ਅਸੀਂ ਅਪਲਾਈ ਕਰਦੇ ਆ ਉਹਦੇ ਵਾਸਤੇ ਸਰਵਾਈਵ ਕਰਨਾ, ਜੋਬ ਓਪਰਚੁਨਿਟੀਜ਼ ਜਾਂ ਪੀਆਰ ਨੂੰ ਲੈ ਕੇ, ਵਰਕ ਪਰਮਿਟ ਨੂੰ ਲੈ ਕੇ? ਦੇਖੋ, ਅਗਰ ਮੈਂ ਤੁਹਾਨੂੰ ਉਹੀ ਗੱਲ ਕਹੀ ਹੈ ਕਿ ਕੈਨੇਡਾ ਦੀ ਗੱਲ ਵੀ ਕਰੀਏ ਤੇ ਉੱਥੇ ਫਰਕ ਸਿਰਫ ਇੰਨਾ ਹੈ ਕਿ ਪੀਆਰ ਆਲਮੋਸਟ ਕਨਫਰਮ ਹੁੰਦੀ ਹੈ, ਸਟਰਗਲ ਉੱਥੇ ਵੀ ਹੈ। ਠੀਕ ਹੈ, ਬਟ ਜੇ ਤੁਸੀਂ ਅਗਰ ਧਿਆਨ ਨਾਲ ਸੋਚੋ, ਤੁਸੀਂ ਪਾਸਟ ਨੂੰ ਆਪਣੇ ਮਾਇੰਡ 'ਚ ਰੀਕਨਸੀਡਰ ਕਰੋਗੇ ਤਾਂ ਆਸਟ੍ਰੇਲੀਆ ਜਿੰਨਾ ਵੀ ਸਟੂਡੈਂਟ ਗਿਆ, ਮੋਸਟ ਆਫ ਦਾ ਦੈਮ ਦੇ ਗੋਟ ਪੀਆਰ ਓਵਰ ਦੇਅਰ। ਸਟਰਗਲ ਹੈ ਉਹ ਕਿ ਉਹ ਜੋ ਕਿ ਕੈਨੇਡਾ ਦੇ ਵਿੱਚ ਵੀ ਹੈ। ਫਰਕ ਸਿਰਫ ਇੰਨਾ, ਇੱਥੇ 2 ਸਾਲ ਦੀ ਪੜ੍ਹਾਈ ਪੜ੍ਹਨੀ ਪੈਂਦੀ ਹੈ ਬੈਚਲਰ ਦੇ ਲਈ, ਔਰ ਡਿਪਲੋਮਾ ਤੋਂ ਬਾਅਦ ਜਿਹੜਾ ਪੀ ਆਰ ਦੇ ਲਈ ਬੱਚਾ ਪੀ ਐੱਸ ਡਬਲਿਊ ਔਰ ਉਸ ਤੋਂ ਬਾਅਦ ਪੀ ਆਰ ਲਈ ਐਲੀਜੀਬਲ ਹੋ ਜਾਂਦਾ, ਇੱਥੇ 3 ਸਾਲ ਦੀ ਪੜ੍ਹਾਈ ਕਰਨੀ ਪੈਂਦੀ ਹੈ। ਪੀ ਐੱਸ ਡਬਲਿਊ ਆਸਟ੍ਰੇਲੀਆ ਵਿੱਚ ਵੀ ਹੈ, ਪੀ ਐੱਸ ਡਬਲਿਊ ਕੈਨੇਡਾ ਦੇ ਵਿੱਚ ਵੀ ਹੈ, ਬਟ ਪੁਆਇੰਟ ਬੇਸਡ ਸਿਸਟਮ ਦੋਨੋਂ ਜਗ੍ਹਾ ਹੈ। ਪੁਆਇੰਟਸ ਕੰਪਲੀਟ ਕਰਨ ਲਈ, ਪੀ ਆਰ ਦੇ ਪੁਆਇੰਟਸ ਲੈਣ ਲਈ, ਅਚੀਵ ਕਰਨ ਲਈ ਦੋਨਾਂ ਜਗ੍ਹਾ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਮੁਸ਼ਕਤ ਕਰਨੀ ਪੈਂਦੀ ਹੈ, ਵਿਚ ਇਜ਼ ਹਾਰਡ ਫੈਕਟ ਨਾਓਡੇਜ਼, ਕਿਉਂਕਿ ਡੇ ਬਾਈ ਡੇ ਕੰਪੀਟੀਸ਼ਨ ਵੱਧ ਰਿਹਾ। ਬਟ ਇਹ ਡਿਪੈਂਡ ਕਰਦਾ ਕਿ ਬੱਚੇ ਦਾ ਡ੍ਰੀਮ ਡੈਸਟੀਨੇਸ਼ਨ ਕੀ ਹੈ। ਅਦਰਵਾਈਜ਼ ਅਗਰ ਮੈਂ ਵੈਦਰ ਕੰਡੀਸ਼ਨਸ ਦੀ ਗੱਲ ਕਰਾਂ, ਵਰਕ ਓਪਰਚੁਨਿਟੀਜ਼ ਦੀ ਗੱਲ ਕਰਾਂ, ਸੋਰਸ ਆਫ ਇਨਕਮ ਦੀ ਗੱਲ ਕਰਾਂ, ਤਾਂ ਕੈਨੇਡਾ ਤੋਂ ਕਿਤੇ ਬੈਟਰ ਜਿਹੜਾ ਹੈ ਆਸਟ੍ਰੇਲੀਆ ਹੈਗਾ। ਅਲਟੀਮੇਟਲੀ ਐਂਡ ਆਫ ਦ ਡੇ ਹਰ ਬੱਚੇ ਨੇ ਜਾਣਾ ਸੈਟਲਮੈਂਟ ਵਾਸਤੇ ਹੈ, ਠੀਕ ਹੈ ਨਾ। ਐਵਰੀਵਨ ਵਾਂਟਸ ਟੂ ਗੈਟ ਸੈਟਲ ਓਵਰ ਦੇਅਰ, ਉਸਨੂੰ ਕਿਤੇ ਨਾ ਕਿਤੇ ਉਹਦਾ ਸਪਨਾ ਇਹੀ ਹੈ ਕਿ ਵੀ ਮੈਂ ਸੈਟਲ ਹੋ ਕੇ ਡਾਲਰ ਕਮਾ ਕੇ ਆਪਣੇ ਘਰ ਭੇਜਾਂ, ਜਿਹੜਾ ਖਰਚਾ ਕੀਤਾ ਮਾਂ ਪਿਓ ਨੇ, ਕਰਜ਼ਾ ਲਿੱਤਾ ਜਾਂ ਕਿ ਲੋਨ ਲਿੱਤਾ ਜਾਂ ਮਿਹਨਤ ਦੀ ਕਮਾਈ, ਸੇਵਿੰਗ ਉਮਰ ਭਰ ਦੀ ਲਗਾਈ ਹੈ ਜ਼ਿੰਦਗੀ ਭਰ ਦੀ, ਉਹ ਪੂਰੀ ਕਰਕੇ ਬੱਚਾ ਆਪਣੇ ਪੈਸੇ ਪੂਰੇ ਕਰਨ ਤੋਂ ਬਾਅਦ ਪੇਰੈਂਟਸ ਦੇ ਲਈ ਕੁਛ ਨਾ ਕੁਛ ਸੇਵਿੰਗਸ ਆਪਣੇ ਲਈ, ਆਪਣੇ ਘਰ ਦੇ ਵਾਸਤੇ ਪੈਸਾ ਜੋੜਨਾ ਚਾਹੁੰਦਾ, ਵਿਚ ਇਜ਼ ਕੁਆਇਟ ਪਾਸੀਬਲ ਇਨ ਆਸਟ੍ਰੇਲੀਆ, ਕੈਨੇਡਾ ਐਜ਼ ਵੈਲ। ਮੈਂ ਨਹੀਂ ਕਹਾਂਗਾ ਕਿ ਕੈਨੇਡਾ ਜਿਹੜਾ ਦੈਟ ਇਜ਼ ਆਲਸੋ ਵੈਰੀ ਗੁੱਡ ਡੈਸਟੀਨੇਸ਼ਨ, ਬਟ ਅਗਰ ਆਪਾਂ ਕੰਪੈਰੀਜ਼ਨ ਦੀ ਗੱਲ ਕਰੀਏ, ਵਰਕ ਓਪਰਚੁਨਿਟੀਜ਼ ਦੀ ਗੱਲ ਕਰੀਏ, ਵੈਦਰ ਕੰਡੀਸ਼ਨਸ ਦੀ ਗੱਲ ਕਰੀਏ, ਸੋਰਸ ਆਫ ਇਨਕਮ ਦੀ ਗੱਲ ਕਰੀਏ, ਸੇਵਿੰਗਸ ਦੀ ਗੱਲ ਕਰੀਏ, ਆਸਟ੍ਰੇਲੀਆ ਇਜ਼ ਮਚ ਬੈਟਰ ਦੈਨ ਕੈਨੇਡਾ ਜੀ। ਆਸਟ੍ਰੇਲੀਆ ਹੁਣ ਰੀਜਨਲ ਏਰੀਆ ਵੀ ਹੈਗੇ ਨੇ ਕਾਫੀ ਦੂਰ ਤੱਕ, ਜਿਹੜਾ ਹੈਗਾ ਆਸਟ੍ਰੇਲੀਆ ਵੀ ਫੈਲਿਆ ਹੋਇਆ, ਰਾਈਟ? ਕਾਫੀ ਦੂਰ ਦੂਰ ਸਾਨੂੰ ਆਪਸ਼ਨਸ ਮਿਲ ਜਾਂਦੀਆਂ ਵੀ ਇਹ ਕਾਲਜ ਹੈ, ਤੁਸੀਂ ਇਸ ਯੂਨੀਵਰਸਿਟੀ ਦੇ ਵਿੱਚ ਚਲੇ ਜਾਓ, ਜਾਂ ਸਿਡਨੀ ਮੈਲਬੋਰਨ ਤੋਂ ਉੱਪਰ ਸਟੂਡੈਂਟ ਆ ਹੀ ਨਹੀਂ ਰਹੇ? ਨਹੀਂ, ਐਸਾ ਨਹੀਂ ਹੈ। ਪਹਿਲਾਂ ਇਹ ਚੀਜ਼ ਦੀ ਪ੍ਰੋਬਲਮ ਸੀਗੀ, ਹੁਣ ਬੱਚੇ ਨੂੰ ਪਤਾ ਹੈ ਕਿ ਤਸਮਾਨੀਆ ਜਾ ਕੇ, ਐਡੀਲੇਡ ਜਾ ਕੇ, ਪਰਥ ਜਾ ਕੇ, ਜਾਂ ਹੋਰ ਰੀਜਨਲ ਏਰੀਆ ਹੈਗੇ, ਕੁਇਨਸਲੈਂਡ ਹੈਗਾ, ਔਰ ਗੋਲਡਸਮਿਥ ਵਗੈਰਾ, ਇਹਨਾਂ ਏਰੀਆਜ਼ ਦੇ ਵਿੱਚ ਜਿਹੜਾ ਨਾ ਸਿਰਫ ਜੀ ਟੀ ਕ੍ਰਾਈਟੀਰੀਆ ਈਜ਼ੀਲੀ ਕਰੈਕ ਹੋ ਜਾਂਦਾ, ਬਲਕਿ ਵੀਜ਼ਾ ਦੇ ਚਾਂਸਿਸ ਵੀ ਜ਼ਿਆਦਾ ਰਹਿੰਦੇ ਆ। ਵੀਜ਼ਾ ਪੁਆਇੰਟ ਆਫ ਵਿਊ ਤੋਂ ਇਲਾਵਾ ਇੱਥੇ ਪੀ ਐੱਸ ਡਬਲਿਊ ਦਾ ਜਿਹੜਾ ਹੈਗਾ 1 ਸਾਲ ਫਾਲਤੂ ਮਿਲਦਾ, ਪਲੱਸ ਪੀ ਆਰ ਪੁਆਇੰਟ ਆਫ ਵਿਊ ਨਾਲ ਵੀ ਇਹਨਾਂ ਏਰੀਆਜ਼ ਦੇ ਵਿੱਚ ਜਾ ਕੇ ਪੜ੍ਹਨ ਦਾ ਜਿਹੜਾ ਹੈ ਕਿ ਐਕਸਟਰਾ ਬੈਨੀਫਿਟ ਰਿਕੁਆਇਰਮੈਂਟ ਘੱਟ ਰਹਿੰਦੀ ਹੈ, ਪੁਆਇੰਟਸ ਜ਼ਿਆਦਾ ਮਿਲਦੇ ਹੈ, ਰਿਕੁਆਇਰਮੈਂਟ ਘੱਟ ਰਹਿੰਦੀ ਹੈ, ਬਿਕੋਜ਼ ਕਿਸੇ ਵੀ ਦੇਸ਼ ਦੀ, ਹੁਣ ਇਹੀ ਚੀਜ਼ ਅਗਰ ਤੁਸੀਂ ਗੱਲ ਕਰੋ ਨੋਵਾ ਸਕੋਸ਼ੀਆ, ਵਿਨੀਪੈਗ, ਸਸਕੈਚੁਆਨ, ਕਿਊਬਿਕ, ਇਹਨਾਂ ਏਰੀਆਜ਼ ਦੇ ਵਿੱਚ ਵੀਜ਼ਾ ਸਕਸੈਸ ਰੇਟ ਜ਼ਿਆਦਾ ਹੈ, ਪੀ ਆਰ ਜਲਦੀ ਹੈ, ਪੁਆਇੰਟਸ ਜ਼ਿਆਦਾ ਹੈਗੀਆਂ, ਰੀਜ਼ਨ ਬੀਂਗ ਕਿ ਜਿਹੜੇ ਘੱਟ ਡਿਵੈਲਪ ਏਰੀਆਂ, ਹਰ ਕੰਟਰੀ ਦੀ ਗਵਰਨਮੈਂਟ ਚਾਹੁੰਦੀ ਹੈ ਕਿ ਉਹ ਏਰੀਆ ਡਿਵੈਲਪ ਹੋਏ, ਬਾਹਰੋਂ ਸਟੂਡੈਂਟ ਆਏਗਾ ਉੱਥੇ ਰਹੇਗਾ, ਰੈਵੇਨਿਊ ਜਨਰੇਟ ਹੋਏਗਾ, ਉੱਥੇ ਟਰਾਂਸਪੋਰਟ ਫੈਸਿਲਿਟੀ ਯੂਜ਼ ਕਰੇਗਾ, ਘਰ ਕਿਰਾਏ 'ਤੇ ਲਏਗਾ, ਸੁਪਰ ਸਟੋਰਸ ਦੇ ਉੱਪਰ ਸ਼ੋਪਿੰਗ ਕਰੇਗਾ, ਔਰ ਮਤਲਬ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਿੱਥੇ ਪਬਲਿਕ ਵਧੇਗੀ, ਔਰ ਵਰਕ ਦੇ ਵਾਸਤੇ ਬੱਚੇ ਉੱਥੇ ਕੰਮ ਕਰਨ ਵਾਸਤੇ ਈਜ਼ੀਲੀ ਅਵੇਲੇਬਲ ਹੋਣਗੇ, ਤਾਂ ਕਿਤੇ ਨਾ ਕਿਤੇ ਡਿਵੈਲਪਮੈਂਟ ਵਧੇਗੀ ਉੱਥੇ ਜੀ। ਸੋ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼, ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ, ਅੰਬਾਲਾ ਦੇ ਵਿੱਚ ਆਫਿਸ ਹੈ ਜੀ। ਇਸ ਤੋਂ ਇਲਾਵਾ ਤੁਸੀਂ ਇਹਨਾਂ ਦੇ ਪੰਜਾਬ ਆਫਿਸਿਸ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ, ਤੁਹਾਡੇ ਆਪਣੇ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਆਸ ਪਾਸ ਨੇੜੇ ਤੁਹਾਨੂੰ ਲੋਕੇਸ਼ਨ ਬੈਠਦੀ ਹੈ। ਜਿਨ੍ਹਾਂ ਨੇ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਉਣੀ ਹੈ, ਆਪਣੀ ਕਾਊਂਸਲਿੰਗ ਲੈਣੀ ਹੈ, ਤਾਂ ਤੁਸੀਂ ਫ੍ਰੀ ਆਫ ਕੋਸਟ ਜਿਹੜੀ ਹੈਗੀ ਹੈ ਅਪੁਆਇੰਟਮੈਂਟ ਫਿਕਸ ਕਰਕੇ ਇਹਨਾਂ ਦੇ ਨਾਲ, ਹਾਲਾਂਕਿ ਤੁਸੀਂ ਮੁਲਾਕਾਤ ਵੀ ਕਰ ਸਕਦੇ ਹੋ ਆਸਟ੍ਰੇਲੀਆ ਸਟੱਡੀ ਵੀਜ਼ਾ। ਸੋ ਜਿਨ੍ਹਾਂ ਨੇ ਅਪਲਾਈ ਕਰਨਾ ਜੀ ਤੁਹਾਡੇ ਵਾਸਤੇ, ਅੱਛਾ ਇਨਟੇਕ
ਕਿਹੜਾ ਇਸ ਵੇਲੇ ਜਿਹੜਾ ਜਲਦੀ ਇਨਟੇਕ ਜਿਹੜਾ ਹੈ ਜੀ ਫਿਲਹਾਲ ਤੁਸੀਂ ਮੰਨ ਕੇ ਚੱਲੋ ਕਿ ਸਪਟੰਬਰ ਇਨਟੇਕ ਫੋਕਸ ਕੀਤਾ ਜਾਣਾ ਚਾਹੀਦਾ ਰੀਜ਼ਨ ਬੀਇੰਗ ਕਿ ਹਾਈ ਕਮਿਸ਼ਨ ਹੈ ਉਹ 1.5 ਤੋਂ 2 ਮਹੀਨੇ ਦਾ ਪ੍ਰੋਸੈਸ ਲੈ ਰਿਹਾ ਓਕੇ ਔਰ ਨਹੀਂ ਜ਼ਿਆਦਾ ਤਾਂ ਘੱਟੋ ਘੱਟ 1 ਤੋਂ 1.5 ਮਹੀਨੇ ਦਾ ਪ੍ਰੋਸੈਸ ਜਿਹੜਾ ਹੈ ਆਫਰ ਲੈਟਰ ਤੋਂ ਲੈ ਕੇ ਜੀਟੀ ਕਲੀਅਰ ਕਰਨ ਤੱਕ ਫਿਰ ਵੀ ਲੈ ਕੇ ਚੱਲਾਂਗੇ ਮੰਨ ਕੇ ਚੱਲੋ 3 ਤੋਂ 5 ਮਹੀਨੇ ਦਾ ਪ੍ਰੋਸੈਸ ਹੈ ਤਾਂ ਡਸਨਟ ਮੇਕ ਐਨੀ ਸੈਂਸ ਟੂ ਟਾਰਗੇਟ ਦਾ ਜੁਲਾਈ ਇਨਟੇਕ ਬਟ ਜਿਹੜੇ ਸਟੂਡੈਂਟ ਐਕਚੁਅਲੀ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਆਫਰ ਲੈਟਰ ਆ ਗਿਆ ਜੀਟੀ ਲਈ ਡਾਕੂਮੈਂਟੇਸ਼ਨ ਨਹੀਂ ਪੂਰੀ ਕਰ ਪਾ ਰਹੇ 2-2 3-3 ਮਹੀਨੇ ਹੋ ਗਏ ਆ ਜੀਟੀ ਦੇ ਲਈ ਕਦੇ ਕੋਈ ਕਾਗਜ਼ ਦੀ ਰਿਕੁਆਇਰਮੈਂਟ ਆ ਰਹੀ ਹੈ ਕਦੇ ਕੋਈ ਡਾਕੂਮੈਂਟੇਸ਼ਨ ਆ ਰਹੀ ਹੈ ਕਦੇ ਕੋਈ ਕਿਸੇ ਤਰੀਕੇ ਦੀ ਰਿਕੁਆਇਰਮੈਂਟ ਜਿਹੜੇ ਫੁਲਫਿਲ ਨਹੀਂ ਕਰ ਪਾ ਰਹੇ ਉਹਨਾਂ ਨੂੰ ਮੈਂ ਇੱਕ ਰਿਕੁਐਸਟ ਕਰਾਂਗਾ ਕਿ ਇੱਕ ਵਾਰੀ ਆਪਣੇ ਡਾਕੂਮੈਂਟ ਭੇਜ ਕੇ ਸਾਡੀ ਟੀਮ ਕੋਲੋਂ ਅਸੈਸਮੈਂਟ ਜ਼ਰੂਰ ਕਰਵਾਓ ਕਿਉਂਕਿ ਸਾਡੇ ਕੋਲ ਡਾਇਰੈਕਟ ਯੂਨੀਵਰਸਿਟੀਜ਼ ਦੇ ਪੋਰਟਲ ਆ ਜਿਹਦੇ ਚੱਲਦੇ ਕਿਤੇ ਨਾ ਕਿਤੇ ਸਾਡਾ ਹੋਲਡ ਥੋੜ੍ਹਾ ਜਿਹਾ ਯੂਨੀਵਰਸਿਟੀਜ਼ ਦੇ ਉੱਪਰ ਅੱਛਾ ਹੈ ਗ੍ਰਿਪ ਅੱਛੀ ਹੈ ਤੁਹਾਨੂੰ 24 ਤੋਂ 48 ਘੰਟੇ ਦੇ ਵਿੱਚ ਅਗੇਨ ਹਰੇਕ ਯੂਨੀਵਰਸਿਟੀ ਦੀ ਮੈਂ ਗੱਲ ਨਹੀਂ ਕਰ ਰਿਹਾ ਬਟ ਦੇਰ ਆਰ ਸਰਟੇਨ ਯੂਨੀਵਰਸਿਟੀਜ਼ ਔਰ ਕਾਲਜਿਸ ਜਿਨ੍ਹਾਂ ਦਾ ਟਾਈ ਅਪ ਵਿਸ਼ਵਾਸ ਇੰਟਰਨੈਸ਼ਨਲ ਦੇ ਨਾਲ ਹੈ ਬੜੇ ਅੱਛੇ ਨੰਬਰ ਆਪਾਂ ਉਹਨਾਂ ਨੂੰ ਭੇਜਦੇ ਹਾਂ ਜਿਹਦੇ ਚੱਲਦੇ ਇੱਕ ਸਪੈਸ਼ਲ ਫੈਸਿਲਿਟੀ ਸਾਨੂੰ ਮਿਲੀ ਹੋਈ ਹੈ 48 ਆਵਰਸ ਦੇ ਅੰਦਰ ਵੀ ਆਪਾਂ ਤੁਹਾਨੂੰ ਆਫਰ ਰਿਲੀਜ਼ ਕਰ ਦਿਆਂਗੇ ਔਰ ਨਾ ਸਿਰਫ ਆਫਰ ਲੈਟਰ ਬਲਕਿ ਮੈਂ ਇਹ ਕਮਿਟ ਕਰਦਾ ਜੀ ਟੀ ਵੀ ਤੁਹਾਡੀ ਬੜੇ ਸਮੂਥ ਤਰੀਕੇ ਨਾਲ ਔਰ ਬੜੇ ਥੋੜ੍ਹੇ ਟਾਈਮ 'ਚ ਕਲੀਅਰ ਹੋ ਰਹੀ ਹੈ ਔਰ ਜਿਹਦੇ ਵਿੱਚ ਤੁਹਾਡੀ ਫਾਈਲ ਨੂੰ ਬੜੀ ਆਸਾਨੀ ਨਾਲ ਸੀ ਓ ਹੀ ਲੈ ਕੇ ਆਪਾਂ ਫਾਈਲ ਮੈਸੇਜ ਕਰ ਰਹੇ ਹਾਂ ਔਰ ਵੀਜ਼ਾ ਸਕਸੈਸ ਰੇਟ ਦੀ ਜਿਹੜੀ ਗੱਲ ਕਰਾਂ ਮੈਂ ਜਿੰਨਾ ਕਾਲਜਿਸ ਯੂਨੀਵਰਸਿਟੀਜ਼ ਦੀ ਗੱਲ ਕਰ ਰਹੀ ਹਾਂ ਸਾਰੇ ਅਸੈਸਮੈਂਟ ਲੈਵਲ 1 ਦੇ ਕਾਲਜ ਹੈਗੇ ਔਰ ਯੂਨੀਵਰਸਿਟੀਜ਼ ਹੈਗੇ ਔਰ ਇਹਨਾਂ ਦਾ ਸਕਸੈਸ ਰੇਟ ਲਗਭਗ ਅਪ ਟੂ 90% ਜਿਹੜਾ ਅੱਜ ਦੀ ਘੜੀ ਚੱਲ ਰਿਹਾ ਆਸਟ੍ਰੇਲੀਅਨ ਹਾਈ ਕਮਿਸ਼ਨ ਦਾ ਪ੍ਰੋਬਲਮ ਸਿਰਫ ਇਹ ਹੈ ਕਿ ਜੀ ਟੀ ਕਰੈਕ ਨਹੀਂ ਹੁੰਦੀ ਜਿਹਦੇ ਚੱਲ ਕੇ ਕਰਕੇ ਡਿਲੇ ਹੁੰਦਾ ਗੈਪ ਪੈ ਜਾਂਦਾ ਸਟੂਡੈਂਟ ਫਰਸਟ੍ਰੇਟਿਡ ਹੁੰਦਾ ਜੇ ਤੁਹਾਡੇ ਵੀ ਪ੍ਰੋਫਾਈਲ ਦੇ ਵਿੱਚ ਪ੍ਰੋਫਾਈਲ ਅਕੈਡਮਿਕ ਅੱਛਾ ਹੈ ਫਾਈਨੈਂਸ਼ੀਅਲ ਦੇ ਚੱਲਦੇ ਇਨਕਮ ਪਰੂਫ ਦੀ ਚੱਲਦੀ ਹੈ ਕਿਸੇ ਹੋਰ ਪ੍ਰੋਬਲਮ ਦੇ ਚੱਲਦੇ ਤੁਹਾਡਾ ਜੀ ਟੀ ਕਲੀਅਰ ਨਹੀਂ ਹੋ ਰਿਹਾ ਤਾਂ ਇੱਕ ਵਾਰੀ ਸਾਡੀ ਟੀਮ ਨਾਲ ਰਾਬਤਾ ਕਾਇਮ ਕਰਕੇ ਜ਼ਰੂਰ ਆਪਣੇ ਡਾਕੂਮੈਂਟ ਭੇਜੋ ਅਸੀਂ ਤੁਹਾਨੂੰ ਗਰੰਟੀ ਕਰਦੇ ਹਾਂ ਕਿ ਅਸੀਂ ਤੁਹਾਡਾ ਜਿਹੜਾ ਬਹੁਤ ਸਮੂਥ ਪ੍ਰੋਸੈਸ ਕਰਕੇ ਤੁਹਾਡੀ ਜੀ ਟੀ ਕਲੀਅਰ ਕਰਵਾ ਕੇ ਤੁਹਾਡੀ ਫਾਈਲ ਜਲਦੀ ਤੋਂ ਜਲਦੀ ਹਾਈ ਕਮਿਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੀ ਸਪਾਊਸ ਨੂੰ ਵੀ ਤੁਸੀਂ ਦੇਖ ਰਹੇ ਹੋ ਜੀ ਜਿਨ੍ਹਾਂ ਨੇ ਸਪਾਊਸ ਦੇ ਨਾਲ ਅਪਲਾਈ ਕਰਨਾ ਸਟੂਡੈਂਟ ਜੋ ਕਿ ਗ੍ਰੈਜੂਏਟ ਹੈ ਔਰ ਮਾਸਟਰਸ ਲਈ ਜਾਣਾ ਚਾਹੁੰਦਾ ਉਹ ਆਪਣੇ ਸਪਾਊਸ ਨੂੰ ਆਪਣੇ ਡਿਪੈਂਡੈਂਟ ਨੂੰ ਆਪਣੀ ਫੈਮਿਲੀ ਨੂੰ ਐਜ਼ ਅ ਡਿਪੈਂਡੈਂਟ ਆਪਣੇ ਨਾਲ ਲੈ ਕੇ ਜਾ ਸਕਦਾ ਜੀ ਸੋ ਸਪਾਊਸ ਦੇ ਨਾਲ ਜਿਹੜੇ ਕਿ ਇਕੱਠੇ ਫਲਾਈ ਕਰਨ ਦਾ ਮੌਕਾ ਮਿਲਦਾ ਜੀ ਅਤੇ ਉਹ ਕੰਟਰੀ ਹੈ ਤੁਹਾਡੇ ਵਾਸਤੇ ਆਸਟ੍ਰੇਲੀਆ ਜਿਨ੍ਹਾਂ ਨੇ ਅਪਲਾਈ ਕਰਨਾ ਕਾਇੰਡਲੀ ਗ੍ਰੈਜੂਏਟ ਤੁਸੀਂ ਹੈਗੇ ਹੋ ਮਾਸਟਰ ਡਿਗਰੀ ਦੇ ਵਾਸਤੇ ਅਪਲਾਈ ਕਰਨਾ ਹੈ ਅੱਛਾ ਸਪੈਸ਼ਲ ਪ੍ਰੋਗਰਾਮਸ ਵੀ ਹੁੰਦੇ ਨੇ ਉਹ ਵੀ ਤੁਸੀਂ ਜ਼ਰੂਰ ਜਾਣ ਸਕਦੇ ਹੋ ਜੀ ਕੀ ਐਲੀਜੀਬਿਲਟੀ ਹੈ ਕਿੰਨੇ ਫੰਡਸ ਦੀ ਜ਼ਰੂਰਤ ਹੈ ਇਸ ਵੇਲੇ ਤੁਹਾਨੂੰ ਜਿਨ੍ਹਾਂ ਨੇ ਆਸਟ੍ਰੇਲੀਆ ਅਪਲਾਈ ਕਰਨਾ ਸੋ ਆਸਟ੍ਰੇਲੀਆ ਵਿਦ ILC ਅਪਲਾਈ ਹੋਏਗਾ ਜੀ ਸਾਡੇ ਸਟੂਡੈਂਟਸ ਬਖੂਬੀ ਜਿਹੜੇ ਹੈਗੇ ਨੇ ਇਸ ਗੱਲ ਨੂੰ ਸਮਝਿਆ ਕਰਨ ਐਂਡ ਲੈਵਲ 1 ਦਾ ਹੀ ਕਾਲਜ ਯੂਨੀਵਰਸਿਟੀ ਜਿਹੜੀ ਪ੍ਰੈਫਰੈਂਸ ਯੂਨੀਵਰਸਿਟੀ ਨੂੰ ਦਿਆ ਕਰੋ ਬਟ ਅਗਰ ਆਪਸ਼ਨ ਨਹੀਂ ਹੈ ਦੈਨ ਤੁਸੀਂ ਕੰਸੀਡਰ ਕਰਿਆ ਕਰੋ ਜੀ ਕਾਲਜਿਸ ਦੇ ਵੱਲ ਸੋ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼ ਐਂਡ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਵੀ ਦਰਸ਼ਕ ਇਸ ਵੇਲੇ ਸਾਨੂੰ ਸੁਣਦੇ ਨੇ ਜੀ ਬੈਠੇ ਹੋਏ ਨੇ ਟੀਵੀ ਦੇ ਅੱਗੇ ਦੇਖ ਰਹੇ ਨੇ ਤੁਹਾਡੇ ਵਾਸਤੇ ਲਾਈਵ ਪ੍ਰੋਗਰਾਮ ਲੈ ਕੇ ਆਉਣ ਦਾ ਮਕਸਦ ਵੀ ਨਾਲ ਦੇ ਨਾਲ ਆਪਣਾ ਸਵਾਲ ਜਿਹੜਾ ਡਿਸਕਸ ਕਰ ਲਿਆ ਕਰੋ ਸੋ ਜਿੰਨੇ ਵੀ ਕਾਲਰਸ ਅੱਜ ਜੁੜਨਗੇ ਜੀ ਥੋੜ੍ਹੀ ਜਿਹੀ ਦਿੱਕਤ ਅੱਜ ਨੈਟਵਰਕ ਦੇ ਵਿੱਚ ਇਸ ਕਰਕੇ ਅਸੀਂ ਕਾਲ ਨਹੀਂ ਅਟੈਂਡ ਕਰ ਪਾ ਰਹੇ ਬਟ ਤੁਸੀਂ ਜਿੰਨੇ ਵੀ ਦਰਸ਼ਕ ਕਾਲ ਕਰਨਗੇ ਜੀ ਡਾਇਰੈਕਟ ਤੁਹਾਡੇ ਜਿਹੜੀ ਕਾਲਸ ਹੈਗੀਆਂ ਨੇ ਟ੍ਰਾਂਸਫਰ ਹੋਣਗੀਆਂ ਅੱਜ ਵਿਸ਼ਵਾਸ ਇੰਟਰਨੈਸ਼ਨਲ ਦੇ ਆਫਿਸ ਦੇ ਵਿੱਚ ਜਿੱਥੇ ਕਿ ਵੈਲ ਟ੍ਰੇਨ ਸਟਾਫ ਹੈ ਤੁਹਾਡੀ ਮਦਦ ਜ਼ਰੂਰ ਕਰੇਗਾ ਜੀ ਤੁਹਾਡੀ ਕਾਊਂਸਲਿੰਗ ਦੇ ਵਿੱਚ ਬਾਕੀ ਤੁਹਾਡੀ ਕੋਈ ਕੰਪਲੇਂਟ ਹੁੰਦੀ ਹੈ ਜੀ ਸ਼ਿਕਾਇਤ ਹੁੰਦੀ ਹੈ ਉਹ ਵੀ ਜ਼ਰੂਰ ਦੱਸਿਆ ਕਰੋ ਜੀ ਸਾਡੇ ਇਸ ਮੰਚ ਤੱਕ ਸੋ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼ ਜਿੱਥੇ ਤਾਂ ਅਸੀਂ ਆਸਟ੍ਰੇਲੀਆ ਦੀ ਗੱਲ ਕੀਤੀ ਹੈ ਉੱਥੇ ਹੀ ਯੂਕੇ ਯੂਕੇ ਕਿੱਦਾਂ ਅੱਜ ਦੀ ਡੇਟ ਦੇ ਵਿੱਚ ਦੇਖਦੇ ਹੋ ਸਟੂਡੈਂਟਸ ਦੇ ਵਾਸਤੇ ਯੂਕੇ ਸਟੂਡੈਂਟ ਦਾ ਅੱਜ ਦੀ ਡੇਟ 'ਚ ਬਹੁਤ ਵਧੀਆ ਇੱਕ ਡ੍ਰੀਮ ਡੈਸਟੀਨੇਸ਼ਨ ਹੈ ਕਿਉਂਕਿ ਉਹੀ ਗੱਲ ਹੈ ਕਿ ਆਸਟ੍ਰੇਲੀਆ ਦੇ ਤਰ੍ਹਾਂ ਹੀ ਸੇਮ ਸਿਨੈਰੀਓ ਯੂਕੇ ਦੇ ਅੰਦਰ ਵੀ ਕੀ ਹੈ ਕਿ ਸਭ ਤੋਂ ਪਹਿਲਾਂ ਤਾਂ ਵੀਜ਼ਾ ਲੈਣਾ ਬਹੁਤ ਸੌਖਾ ਠੀਕ ਹੈ ਯੂਕੇ ਬੇਸਡ ਕੰਪਨੀ ਹੈ ਵਿਸ਼ਵਾਸ ਇੰਟਰਨੈਸ਼ਨਲ ਸਾਡਾ ਇੰਟਰਨੈਸ਼ਨਲ ਆਫਿਸ ਯੂਕੇ ਬੇਸਡ ਹੈ ਜਿਸਦੇ ਕਰਦੇ ਚੱਲਦੇ ਆਪਣੀ ਬਹੁਤ ਸਾਰੀ ਯੂਨੀਵਰਸਿਟੀਜ਼ ਦੇ ਨਾਲ ਡਾਇਰੈਕਟ ਐਗਰੀਮੈਂਟਸ ਹੈਗੇ ਆ ਔਰ ਆਪਾਂ ਨਾ ਸਿਰਫ ਕਿਉਂਕਿ ਯੂਕੇ ਦੇ ਅੰਦਰ ਪ੍ਰੋਬਲਮ ਹੈ ਕਿ ਆਫਰ ਲੈਟਰ ਲੈ ਕੇ ਜਿਹੜਾ ਕੈਸ਼ ਲੈਟਰ ਨਹੀਂ ਮਿਲਦਾ ਠੀਕ ਹੈ ਸਟੂਡੈਂਟ ਦੇ 2-4-5 ਮਹੀਨੇ ਖਰਾਬ ਹੁੰਦੇ ਆ ਇੰਟਰਵਿਊ ਨਹੀਂ ਕਲੀਅਰ ਹੁੰਦੇ ਇਨਟੇਕ ਸਕਿੱਪ ਹੋ ਜਾਂਦਾ ਪੈਸਾ ਖਰਾਬ ਹੁੰਦਾ ਇਹ ਚੀਜ਼ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਆਸਟ੍ਰੇਲੀਆ ਦੇ ਅੰਦਰ ਵੀ ਜੇਕਰ ਤੁਸੀਂ ਆਪਣਾ ਵੀਜ਼ਾ ਪੇਮੈਂਟ ਆਫਟਰ ਵੀਜ਼ਾ ਤੋਂ ਬਾਅਦ ਕਰਨਾ ਚਾਹੁੰਦੇ ਹੋ ਫੁੱਲ ਪੇਮੈਂਟ ਆਫਟਰ ਵੀਜ਼ਾ ਤੋਂ ਕਹਿਣ ਦਾ ਮੇਰਾ ਮਤਲਬ ਹੈ ਕਿ ਟਿਊਸ਼ਨ ਫੀਸ ਇੰਸ਼ੋਰੈਂਸ ਦਾ ਰਿਸਕ ਕੰਪਨੀ ਦਾ ਰਹੇਗਾ ਔਰ ਬਹੁਤ ਜ਼ਿਆਦਾ ਇੱਕ ਰੀਜ਼ਨੇਬਲ ਪੈਕੇਜ ਤੁਹਾਨੂੰ ਕੋਟ ਕੀਤਾ ਜਾਂਦਾ ਸੇਮ ਲਾਈਕ ਆਸਟ੍ਰੇਲੀਆ ਯੂਕੇ ਦੇ ਅੰਦਰ ਵੀ ਤੁਸੀਂ ਫੁੱਲ ਪੇਮੈਂਟ ਆਫਟਰ ਵੀਜ਼ਾ ਕਰ ਸਕਦੇ ਹੋ ਔਰ ਯੂਕੇ ਦੇ ਅੰਦਰ ਵੀ ਸਾਡੇ ਕੋਲ ਇੱਦਾਂ ਦੀ ਯੂਨੀਵਰਸਿਟੀਜ਼ ਹੈ ਜਿਹੜੇ ਕਿ 48 ਆਵਰਸ ਦੇ ਵਿੱਚ ਤੁਹਾਨੂੰ ਆਫਰ ਲੈਟਰ ਦਿੰਦੇ ਆ ਔਰ ਬਹੁਤ ਸਾਰੇ ਐਸੇ ਸਟੂਡੈਂਟ ਹੈ ਜਿਹੜੇ ਇੰਟਰਵਿਊ ਕਰੈਕ ਨਹੀਂ ਕਰ ਪਾਉਂਦੇ ਆਇਲਸ ਦੇ 6 ਬੈਂਡ ਹੋਣ ਤੋਂ ਬਾਵਜੂਦ
स्टिल फॉर दीज काइंड ऑफ स्टूडेंट्स वी हैव अवेलेबल ऑप्शंस जिहड़े कि यूनिवर्सिटीज़ विदाउट इंटरव्यू तुहानू जिहड़ा आपां कैश लैटर डायरैक्ट अनकंडीशनल तो बाद दिला दे सकते हैं। और जेकर तुसी विश्वास इंटरनेशनल नाल पैकेज किया किसी यूनिवर्सिटी के अंदर असी तुहाडी फीस धारी है किसी वजह तो यूनिवर्सिटी ने कैश देने तो मना कर दिता तो चाहे दो फीस पे करनी पैन चाहे तीन यूनिवर्सिटी नू पे करनी पैन दैट विल पे बाय अस तुहाडा रिस्क ऑलमोस्ट जीरो रहेगा। ओके बट हाँ मैं एक ही चीज़ कहांगा कि भी कोई भी गैप एक्सेप्टेबल है ठीक है विदाउट आइल्स जिहड़ा अगर तुहाडा गैप नहीं है 80% तो अबव मार्क्स हैं ओवरऑल 70% हैं 80% तो अबव इंग्लिश मार्क्स हैं CBSE बोर्ड ICSE बोर्ड कई सारी यूनिवर्सिटीज़ एक्सैप्टेबल है स्टेट बोर्ड के विच भी कुछ यूनिवर्सिटीज़ हैं बट वो स्टूडेंट जिन्हों का 2-3 साल का गैप है UKVI की PTLs 4.5 बैंड या 43 इंच भी आप विदाउट इंटरव्यू जो कि एक बड़ी एक बहुत ही एक ऐदा की ऑप्शन है जी अनबिलीवेबल लगती है। जी हाँ बिल्कुल ठीक सुन रहे हो जेकर तुहाडे 4.5 बैंड हैं आयल्स के अंदर UKVI के आयल्स के अंदर तुहाडा 3 साल तो या उस तो वध दा गैप है विदाउट इंटरव्यू तुसी यूके दा वीज़ा अप्लाई करना चाहते हो पेमेंट आफ्टर वीज़ा देना चाहते हो तो उन्हें स्टूडेंट्स लिए भी विश्वास इंटरनेशनल को बहुत सारी ऑप्शनस है और बड़े स्मूथली तुहाडा प्रोसैस ना सिर्फ स्मूद होएगा बल्कि तुहाडा वीज़ा भी 100% लैके देने की कोशिश करा जी। सो यूके भी सेम के हां जी थानू वर्क राइट्स मिल रहे ने प्रॉपर थानू वर्क परमिट जेड़ा 3+2 वर्क परमिट है और जेड़े स्टूडेंट ग्रेजुएट है उन्हां लई यूके बहुत ही वधिया डेस्टिनेशन है। रीजन बिहाइंड इट के 1 ईयर दी मास्टर्स तो बाद जेड़ा 2 साल दा PSW है और जेड़ा डिपेंडेंट है उन्हें 100% 24/7 वर्क राइट्स मिलते हैं फ्रॉम द डे 1 एंड स्टूडेंट कैन go along with their dependent chahe oh toda husband hai chahe oh tode bacche hai unna de naal ja sakde ho bachyan nu education free hai 3 saal to upar hega agar aur tode husband nu ya wife nu yani ki dependent nu jada full time work rights hai aur student nu part time work right hai aur ek kehn di lod nahi ki jithe jekar main gal karan no doubt UK de andar fee structure kafi high hai living cost kafi high hai पर अगर मैं इनकम की गल करा वर्क अपॉर्चुनिटीज की गल करा तो उस तो भी ज्यादा वधिया जी। यूके एक कितना कितने नेगेटिव पॉइंट चलो मैं नेगेटिव तो नहीं कहांगी माइट बी आई एम रॉन्ग बट समवेयर के इन माइंड जो स्टूडेंट्स के माइंड में होंगे भी PR बहुत टाइम लगा देता है यूके पक्का करने के। ओके मैं तुम्हें एक गल का जवाब चाहना प्लीज थोड़े सवाल का आंसर करने तो पहला अगर मैं कैनेडा की गल करा तो हाउ मच टाइम इट विल टेक टू गेट PR अप्रोक्सीमेटली 6 or more than that ओके इन्ने चर्च UG प्रोग्राम के अंदर जेड़ा स्टूडेंट यूके दे विच गया वो भी PR 100% हो जाता ठीक है। अनफॉर्चुनेटली प्रॉब्लम यह है कि बच्चा 3 साल पढ़ता नहीं जिद करके के दिक्कत आती है क्योंकि वो सिर्फ कमाई के चक्कर च पाउंड घर भेजन के चक्कर च अपनी पढ़ाई स्किप कर देता दूसरे साल की फीस नहीं भर होंगी या अटेंडेंस नहीं पूरी करता या अपने असाइनमेंट सबमिट नहीं करता या अपने सब्जेक्ट्स दे विच क्लियर नहीं हो पाता क्लास पास नहीं करता जिदे करके के सारा सिस्टम गड़बड़ हो जाता है। वेयर एज क्वेश्चन ऑफ ग्रेजुएट स्टूडेंट वो बहुत जल्दी PR हो जाता रीजन बिहाइंड के उहदे विच उहनूं 1 साल तो बाद पढ़ाई तो बाद PSW है हुण 6 महीने की मिनिमम फीस इतों की यूनिवर्सिटीज़ लैके चल दी हैं कई कई 9 महीने की भी लैके चल दी हैं जी हूँ 2-3 महीने या उस तो बाद 2 semester की फीस टोटल एक दी पेड है करना सर्वाइवल जड़ा थोड़ा कंपैरेटिवली टू UG स्टूडेंट थोड़ा सौखा होंगे उस तो बाद मोस्ट ऑफ द स्टूडेंट्स जो ग्रेजुएशन तो बाद जाते हैं वो मैरिड होंगे हैं लाइफ पार्टनर नाल जाते उन्होंने वर्क राइट होंगे हैं जिसे चलता है कि उन्होंने जी कमाई है वो पार्ट टाइम जॉब स्टूडेंट करके अपनी लिविंग कॉस्ट कर लेंदा है ठीक है और हस्बैंड या वाइफ फुल टाइम जॉब करके अपनी सेविंग्स कर लेंदे हैं और फीस तो अलावा जड़ा है वो पैसा होर सेव भी कर सकते हैं। PR दी जड़ी गल करा अगर 2 साल तो बाद PSW तो बाद अगर तुहानू बेसिकली अगर तुसे 5 साल किसी भी कंट्री दे विच लीगली रह चुके हो तो तुहानू PR क्लेम करके राइट है PR लैण दा तां मैं तुहानू नंबर ऑफ फैमिलीज जो भी कोई स्टूडेंट या दर्शक मेरी गल नू सुन रहे मैं तुहानू नंबर ऑफ ऐसे स्टूडेंट्स दा कॉन्टैक्ट डिटेल्स दे देना जिहड़े आपां स्टूडेंट वीजा ते भेजे सी जो कि अज दी घड़ी वैल सेटल्ड है PR है सिटीजन है अच्छे बिजनेस कर रहे हैं अच्छी जॉब्स कर रहे हैं जी। सो बहुत सोनिया सोनिया कंट्रीज ने जी जिहड़ियां साडे वास्ते ऑप्शन दे विच हुंदियां ने जिथे असीं अपने फ्यूचर नूं सिक्योर बना सकते हैं ये मदद करदियां ने जी सानूं कंट्रीज की बशर्ते कि अगर असीं इन्हां दे रूल्स दे अकॉर्डिंग
ਅਸੀਂ ਚੱਲਦੇ ਹਾਂ ਅਤੇ ਆਈ ਐਮ ਸ਼ੋਰ ਜੀ ਫਿਰ ਕਾਮਯਾਬ ਵੀ ਹੁੰਦੇ ਹਾਂ। ਵਿਸ਼ਵਾਸ ਇੰਟਰਨੈਸ਼ਨਲ ਤੋਂ ਸਾਡੇ ਅੱਜ ਦੇ ਇਹ ਜਿਹੜੇ ਐਕਸਪਰਟ ਨੇ ਜੀ, ਸਾਡੇ ਅੱਜ ਦੇ ਮਹਿਮਾਨ ਮਿਸਟਰ ਮੁਕੇਸ਼, ਜਿਨ੍ਹਾਂ ਨੇ ਸਾਥ ਦਿੱਤਾ ਜੀ ਸਾਡੇ ਅੱਜ ਦੇ ਸਵਾਲਾਂ ਦੇ ਜਵਾਬ ਦੇ ਵਿੱਚ। ਸਰ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸ਼ੁਕਰੀਆ। ਸੋ ਇਸੇ ਦੇ ਨਾਲ ਜੀ ਦਿਓ ਇੱਛਾ ਸਰ, ਨੈਕਸਟ ਟਾਈਮ ਫਿਰ ਮੁਲਾਕਾਤ ਕਰਦੇ ਹਾਂ ਅਤੇ ਦੇਸ਼ ਪਰਦੇਸ਼ ਲਾਈਵ ਪ੍ਰੋਗਰਾਮ ਇਸੇ ਤਰ੍ਹਾਂ ਵੇਖਦੇ ਰਿਹਾ ਕਰੋ ਜੀ। ਧੰਨਵਾਦ।